ਤਾਂ ਇਸ ਵੇਲੇ ਜਾਣਕਾਰੀ ਇਹ ਆ ਰਹੀ ਹੈ ਕਿ ਕਿਰਤੀ ਕਿਸਾਨ ਯੂਨੀਅਨ ਜਿਹੜੀ ਕਿ ਮਜ਼ਦੂਰਾਂ ਔਰ ਕਿਸਾਨਾਂ ਦੀ ਇਹ ਸਾਂਝੀ ਜਥੇਬੰਦੀ ਹੈ, ਉਹਨਾਂ ਦੇ ਵੱਲੋਂ ਪ੍ਰੋਗਰਾਮ ਉਲੀਕੇ ਜਾਂਦੇ ਆ, ਸਰਕਾਰ ਦੇ ਖਿਲਾਫ ਧਰਨੇ ਮੁਜ਼ਾਹਰੇ ਹੁੰਦੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ। ਪਰ ਅੱਜ ਇੱਕ ਬੜੀ ਖਾਸ ਗੱਲ ਹੋਈ ਹੈ ਕਿ ਕਿਰਤੀ ਕਿਸਾਨ ਯੂਨੀਅਨ ਦੇ ਮੁੱਖ ਦਫ਼ਤਰ ਜਲੰਧਰ ਕਬਜ਼ਾ ਕਰ ਲਿਆ ਗਿਆ। ਕਿਉਂ ਕੀਤਾ, ਇਹਦੀ ਵਜ੍ਹਾ ਕੀ ਹੈ, ਰੇਡ ਕਿਉਂ ਹੋਈ ਹੈ, ਕਿ ਕਿਸਾਨ ਜਥੇਬੰਦੀ ਕੋਲੇ ਕੀ ਹੋ ਸਕਦਾ, ਜਾਂ ਕਿਸਾਨ ਜਥੇਬੰਦੀ ਅਜਿਹਾ ਕੀ ਕਰਦੀ ਹੈ ਕਿ ਪੁਲਿਸ ਨੂੰ ਇਹ ਕਾਰਵਾਈ ਕਰਨੀ ਪਈ ਹੈ। ਮੇਰੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਢੁੱਡੀਕੇ ਸਾਹਿਬ ਹੈਗੇ ਨੇ। ਢੁੱਡੀਕੇ ਸਾਹਿਬ, ਕੀ ਜਾਣਕਾਰੀ ਹੈ, ਕੀ ਹੈ ਤੁਹਾਡੇ ਦਫ਼ਤਰ ਦੇ ਅੰਦਰ, ਰੇਡ ਕਿਉਂ ਹੋਈ ਹੈ ਤੁਹਾਡੇ? ਦੇਖੋ, ਅੱਜ ਸੁਬਹਾ ਉੱਥੇ ਸਾਡੇ ਦਫ਼ਤਰ 'ਚ ਰੇਡ ਹੋਈ ਹੈ ਅਤੇ ਸਾਡਾ ਦਫ਼ਤਰ ਸੀਲ ਕਰਤਾ ਜੀ, ਅਤੇ ਸਾਡਾ ਸਟਾਫ ਨੂੰ ਚੱਕ ਕੇ ਲੈ ਗਏ ਆ। ਜਿਹੜਾ ਉੱਥੇ ਰੈਗੂਲਰ ਸਟਾਫ ਆ ਸਾਡਾ, ਸੂਬੇ ਸੂਬੇ ਦਾ ਦਫ਼ਤਰ ਆ ਉਹ ਜੀ, ਅਤੇ ਇਹ ਤਾਂ ਅਸੀਂ ਇਹੀ ਦੇਖਦੇ ਹਾਂ ਵੀ ਜਿਹੜਾ ਮਜ਼ਦੂਰਾਂ ਦਾ ਰੇਲ ਰੋਕੋ ਸੀ ਜੀ, ਉਹਨੂੰ ਵੇਖ ਕੇ ਸਾਰੇ ਪੰਜਾਬ 'ਚ ਮੇਰਾ ਸੂਬਾ ਕਮੇਟੀ ਮੈਂਬਰ ਭੁਪਿੰਦਰ ਲੌਂਗੋਵਾਲ ਜੀ, ਉਹਨਾਂ ਨੂੰ ਵੀ ਸਾਡੇ ਸੰਗਰੂਰ ਦਫ਼ਤਰ 'ਚੋਂ ਚੱਕਿਆ, ਉਹਨਾਂ ਨੂੰ ਵੀ ਨਜ਼ਰਬੰਦ ਕੀਤਾ, ਲੈ ਗਏ ਆ। ਅਤੇ ਹੋਰ ਵੀ ਸਾਡੇ ਛਾਪੇਮਾਰੀਆਂ ਹੋ ਰਹੀਆਂ ਕਿਰਤੀ ਕਿਸਾਨ ਯੂਨੀਅਨ 'ਤੇ, ਹਾਲਾਂਕਿ ਸਾਡਾ ਪ੍ਰੋਗਰਾਮ ਹੈਗਾ 14 ਤਰੀਕ ਨੂੰ ਦਿੱਲੀ ਜਾਣ ਦਾ ਜੀ, ਅਤੇ ਮਜ਼ਦੂਰਾਂ ਨਾਲ ਜੋੜ ਕੇ, ਠੀਕ ਆ, ਇਹ ਮਜ਼ਦੂਰਾਂ ਦਾ ਆਪਦੀਆਂ ਮੰਗਾਂ ਦੇ ਉੱਤੇ ਪ੍ਰੋਗਰਾਮ ਹੈ, ਅੱਜ ਕੱਲ੍ਹ ਕਿਸਾਨਾਂ ਦਾ ਸੀਗਾ, ਅੱਜ ਇਹਨਾਂ ਦਾ ਪ੍ਰੋਗਰਾਮ ਸੀਗਾ, ਅਤੇ ਮਤਲਬ ਬਹੁਤ ਫਾਸ਼ੀ ਢੰਗ ਦੇ ਨਾਲ ਜਿਹੜੀ ਪੁਲਿਸ ਸਾਹਿਬ ਚੱਲ ਰਹੀ ਹੈ, ਛਾਪੇਮਾਰੀ, ਗ੍ਰਿਫਤਾਰੀਆਂ, ਬਹੁਤ ਸਾਰੇ ਮਜ਼ਦੂਰ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ। ਤੁਹਾਡੇ ਦਫ਼ਤਰਾਂ 'ਚ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ, ਮੁਲਾਜ਼ਮ ਕਿਹਨਾਂ ਕਿਹਨਾਂ ਕੰਮਾਂ 'ਤੇ ਲੱਗੇ ਹੋਏ ਨੇ, ਕਿਵੇਂ ਦੇ ਕੰਮ ਹੁੰਦੇ ਨੇ ਤੁਹਾਡੇ ਦਫ਼ਤਰਾਂ ਦੇ ਅੰਦਰ? ਉਹ ਮਤਲਬ ਸਾਡਾ ਸਾਰਾ ਸਾਫ ਸਫਾਈ ਦਾ ਕੰਮ, ਜਿਹੜਾ ਸਾਡਾ ਛੱਪਣ ਦਾ ਕੰਮ, ਜਿਹੜਾ ਸੂਬੇ ਦਾ ਸਾਰਾ ਲੀਫਲੈਟ ਪੈਂਫਲੈਟ ਜਾਂ ਵੀ ਅਸੀਂ ਕੋਈ ਵੀ ਆਪਦਾ ਉਹ ਕਰਦੇ ਹਾਂ, ਉੱਥੇ ਕਰਦੇ ਹਾਂ। ਅਤੇ ਬਾਕੀ ਜਿਵੇਂ ਕੋਈ ਵੀ ਇਨਫੋਰਮੇਸ਼ਨ ਹੈ ਸੂਬੇ ਦੀ, ਉਹ ਉੱਥੇ ਉਹ ਸਾਡਾ ਜਿਹੜਾ ਸੈਕਟਰੀ ਉਹ ਲੈਂਦਾ, ਉਹ ਉੱਥੇ ਕੱਲ੍ਹ ਹੀ ਸਾਡੀ ਮੀਟਿੰਗ ਹੋ ਕੇ ਹਟੀ ਹੈ ਸੂਬਾ ਕਮੇਟੀ ਦੀ, ਉੱਥੇ ਅਤੇ ਉਹ ਸਾਰੀਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ। ਅਤੇ ਜਿਹੜਾ ਮਜ਼ਦੂਰਾਂ ਦੇ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਸੀ, ਉਹਦੇ ਨਾਲ ਤੁਸੀਂ ਐਸੋਸੀਏਟ ਸੀ? ਤੁਸੀਂ ਨਹੀਂ ਅਸੀਂ ਉਹ ਮਜ਼ਦੂਰਾਂ ਦਾ ਕੱਲਿਆਂ ਦਾ ਹੀ ਸੀ। ਤੁਸੀਂ ਸਮਰਥਨ ਕਰ ਰਹੇ ਸੀ ਉਹਨਾਂ ਦਾ? ਹਾਂ, ਉਹ ਤਾਂ ਜਿਵੇਂ ਕੋਈ ਵੀ ਕਰਦਾ, ਜਿਵੇਂ ਅਸੀਂ ਉਹਦੀ ਸਮਰਥਨ ਕਰਦੇ ਹਾਂ, ਪਰ ਅਸੀਂ ਖੁਦ ਸ਼ਾਮਿਲ ਨਹੀਂ ਸੀ ਉਹਦੇ 'ਚ। ਅਸੀਂ ਖੁਦ ਸ਼ਾਮਿਲ ਨਹੀਂ, ਕਿਉਂਕਿ ਅਸੀਂ ਤਾਂ ਉੱਧਰ ਤਿਆਰੀਆਂ 'ਚ ਲੱਗੇ ਹੋਏ ਹਾਂ, ਜਿਹੜੀਆਂ ਦਿੱਲੀ ਦੀਆਂ 14 ਦੀ ਉੱਥੇ ਸਾਡੀ ਵੱਡੀ ਰੈਲੀ ਹੈ ਪਰੇਡ ਗਰਾਊਂਡ 'ਚ, ਉਹਦੀਆਂ ਤਿਆਰੀਆਂ 'ਚ ਲੱਗੇ ਹੋਏ ਹਾਂ। ਅਤੇ ਇਹ ਮਜ਼ਦੂਰਾਂ ਦਾ, ਪੇਂਡੂ ਮਜ਼ਦੂਰ ਯੂਨੀਅਨ ਦਾ ਅੱਜ ਦਾ ਪ੍ਰੋਗਰਾਮ ਸੀ ਰੇਲਾਂ ਰੋਕਣ ਦਾ। ਅੱਛਾ, ਤੁਸੀਂ ਜਥੇਬੰਦੀ ਦੇ ਪ੍ਰਧਾਨ ਹੋ, ਕੀ ਤੁਹਾਡੇ ਤੱਕ ਪੁਲਿਸ ਨੇ ਪਹੁੰਚ ਨਹੀਂ ਕੀਤੀ, ਤੁਹਾਡੇ ਤੱਕ ਪਹੁੰਚ ਨਹੀਂ ਕੀਤੀ? ਤੁਹਾਡੇ ਜਨਰਲ ਸਕੱਤਰ, ਤੁਹਾਡੇ ਹੋਰ ਸੂਬਾ ਕਮੇਟੀ ਦੇ ਬਹੁਤ ਸਾਰੇ ਲੀਡਰ ਹੈਗੇ ਆ, ਉਹਨਾਂ ਤੱਕ ਪੁਲਿਸ ਦੀ ਅਪਰੋਚ ਨਹੀਂ ਹੋਈ? ਨਹੀਂ, ਬਿਲਕੁਲ ਨਹੀਂ ਹੋਈ। ਬਹੁਤ ਬਹੁਤ ਘਟੀਆ ਢੰਗ ਦੇ ਨਾਲ, ਬਹੁਤ ਗਲਤ ਗੱਲ ਆ ਸਾਡੇ ਦਫ਼ਤਰ ਨੂੰ ਸੀਲ ਕਰਨਾ। ਹਾਲਾਂਕਿ ਪੇਂਡੂ ਮਜ਼ਦੂਰ ਯੂਨੀਅਨ ਦਾ ਉੱਥੇ ਉਹ ਦਫ਼ਤਰ ਨੂੰ ਉਹ ਵੀ ਵਰਤ ਲੈਂਦੇ ਆ, ਪਰ ਉਹਨਾਂ ਦਾ ਕੋਈ ਲੀਡਰ ਪੇਂਡੂ ਮਜ਼ਦੂਰ ਯੂਨੀਅਨ ਦਾ ਉੱਥੇ ਨਹੀਂ ਸੀ। ਪੇਂਡੂ ਮਜ਼ਦੂਰ ਯੂਨੀਅਨ, ਉਹ ਸਾਡੀ ਜਿਹੜੀ ਸਟਾਫ ਮੈਂਬਰ ਆ, ਉਹ ਇਸਤਰੀ ਜਾਗ੍ਰਿਤੀ ਮੰਚ 'ਚ ਕੰਮ ਕਰਦੀ ਹੈ, ਉਹਦੀ ਪ੍ਰੈਸ ਸਕੱਤਰ ਆ ਉਹ, ਅਤੇ ਅਸੀਂ ਸਮਝਦੇ ਬਹੁਤ
ਇੱਕ ਘਿਨੌਣੀ ਗੱਲ ਹੈ। ਠੀਕ ਹੈ, ਤਾਂ ਤੁਹਾਨੂੰ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਹੈ ਹੁਣ ਤੱਕ, ਤੁਹਾਡੀ ਕੋਈ ਗੱਲ ਹੋਈ ਪੁਲਿਸ ਨਾਲ? ਨਹੀਂ, ਮੈਂ ਅਜੇ ਕੋਸ਼ਿਸ਼ 'ਚ ਹੈ, ਮੈਂ ਉਹਨਾਂ ਦੀ ਉਹਨਾਂ ਦਾ ਨਾਲ ਜਲੰਧਰ ਪੁਲਿਸ ਦੇ, ਅਜੇ ਮੇਰੀ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਕੋਈ। ਠੀਕ ਹੈ, ਬਹੁਤ ਧੰਨਵਾਦ। ਹਾਂਜੀ ਹਾਂਜੀ।